ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਹਲਕਾ ਫਗਵਾੜਾ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜੇਸ਼ ਬਾਘਾ ਦੇ ਹੱਕ ਵਿੱਚ ਫਗਵਾੜਾ ਨਜ਼ਦੀਕ ਹਰੀਆਬਾਦ ਵਿਖੇ ਭਰਵੀਂ ਚੋਣ ਮੀਟਿੰਗ ਦਾ ਆਯੋਜਨ ਸੈਫੀ ਚੱਡਾ, ਨਿਤਿਨ ਚੱਡਾ, ਸੁਖਵਿੰਦਰ ਸਿੰਘ ਕੰਬੋਜ ਦੀ ਅਗਵਾਈ ਵਿੱਚ ਕੀਤਾ ਗਿਆ, ਜਿਸ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਰਾਜੇਸ਼ ਬਾਘਾ, ਸਰਵਨ ਸਿੰਘ ਕੁਲਾਰ, ਜਰਨੈਲ ਸਿੰਘ ਵਾਹਤ ਹਾਜ਼ਰ ਹੋਏ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸ਼ਿਕੰਜਾ ਕੱਸਦੇ ਹੋਏ ਵਿਅੰਗਮਈ ਅੰਦਾਜ਼ ਵਿੱਚ ਸੋਮ ਪ੍ਰਕਾਸ਼ ਨੇ ਕਿਹਾ ਕਿ 17 ਅਕਤੂਬਰ ਨੂੰ ਲੋਕਾਂ ਦੇ ਰੂਬਰੂ ਹੋਣ ਆ ਰਹੇ ਗਦਰ ਫਿਲਮ ਵਿੱਚ ਗਦਰ ਮਚਾਉਣ ਵਾਲਾ ਸੰਨੀ ਦਿਓਲ ਦਾ 2.5 ਕਿਲੋ ਦਾ ਹੱਥ ਕਾਂਗਰਸ ਉੱਤੇ ਭਾਰੀ ਪਵੇਗਾ। ਇਸ ਦੌਰਾਨ ਉਹਨਾਂ ਸਮੂਹ ਪਿੰਡ ਵਾਸੀਆਂ ਨੂੰ ਰਾਜੇਸ਼ ਬਾਘਾ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਵੀ ਕੀਤੀ। ਉਧਰ ਵਾਰਡ ਵਾਸੀਆਂ ਨੇ ਵੀ ਸੀਨੀਅਰ ਨੇਤਾਵਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਰਾਜੇਸ਼ ਬਾਘਾ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਉਣਗੇ। ਉਹ 2.5 ਕਿਲੋ ਦਾ ਹੱਥ ਜਿਹੜਾ ਹੁਸ਼ਿਆਰਪੁਰ ਤੋਂ ਆ ਕੇ ਝੂਠ ਬੋਲਦਾ ਉਹ ਤੇ ਪੈਣਾ ਔਰ ਕਾਂਗਰਸ ਪਾਰਟੀ ਤੇ ਪੈਣਾ। ਇਸ ਕਰਕੇ ਸਾਂਝਗਾਰ ਹਾਲਾਤ ਦੇ ਸੱਚ ਦੀ ਲੜਾਈ ਲੜਦੇ ਆ, ਵਿਕਾਸ ਦੀ ਗੱਲ ਕਰਦੇ ਆ। ਇਸ ਕਰਕੇ ਬਾਘਾ ਸਾਹਿਬ ਖੜੇ ਹੋਵੋ, ਲੋਕਾਂ ਦਾ ਧੰਨਵਾਦ ਕਰੋ। ਇਸ ਤੋਂ ਇਲਾਵਾ ਗੁਰੂ ਨਾਨਕਪੁਰਾ ਫਗਵਾੜਾ ਵਿਖੇ ਵੀ ਕੌਂਸਲਰ ਠੇਕੇਦਾਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਭਰਵੀਂ ਚੋਣ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਹਾਜ਼ਰ ਹੋਏ। ਇਸ ਦੌਰਾਨ ਉਹਨਾਂ ਕਾਂਗਰਸ ਪਾਰਟੀ ਤੇ ਸ਼ਿਕੰਜਾ ਕੱਸਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਝੂਠੇ ਲਾਰਿਆਂ ਤੇ ਵਾਅਦਿਆਂ ਦੀ ਸਰਕਾਰ ਹੈ, ਜੋ ਅੱਜ ਤੱਕ ਵਾਅਦੇ ਕੀਤੇ ਉਹਨਾਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਇਸ ਦੌਰਾਨ ਉਹਨਾਂ ਸਮੂਹ ਪਿੰਡ ਵਾਸੀਆਂ ਨੂੰ ਰਾਜੇਸ਼ ਬਾਘਾ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਧਰ ਵਾਰਡ ਵਾਸੀਆਂ ਨੇ ਵੀ ਸੀਨੀਅਰ ਨੇਤਾਵਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਰਾਜੇਸ਼ ਬਾਘਾ ਦੇ ਹੱਕ ਵਿੱਚ ਵੋਟਾਂ ਪਾ ਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ। ਅੱਜ ਵਾਰਡ ਨੰਬਰ 36 ਦੇ ਮੁਹੱਲਾ ਗੁਰੂ ਨਾਨਕਪੁਰਾ ਔਰ ਟਿੱਬੀ ਦੀ ਇੱਕ ਚੋਣ ਮੀਟਿੰਗ ਸ੍ਰੀ ਰਾਜੇਸ਼ ਬਾਘਾ ਜੀ ਦੇ ਹੱਕ ਦੇ ਵਿੱਚ, ਜੋ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਸਾਂਝੇ ਉਮੀਦਵਾਰ ਆ, ਉਹਨਾਂ ਦੇ ਹੱਕ ਦੇ ਵਿੱਚ ਕੀਤੀ ਗਈ ਔਰ ਮੁਹੱਲਾ ਨਿਵਾਸੀਆਂ ਨੇ ਆਏ ਹੋਏ ਲੀਡਰਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਸ਼੍ਰੀ ਰਾਜੇਸ਼ ਬਾਘਾ ਜੀ ਨੂੰ ਭਾਰੀ ਬਹੁਮਤ ਨਾਲ 21 ਤਰੀਕ ਨੂੰ ਜਿਤਾ ਕੇ ਭੇਜਾਂਗੇ। ਤੋ ਇਹਨਾਂ ਲਾਭਾਂ ਦੇ ਨਾਲ ਮੈਂ ਆਏ ਹੋਏ ਸਾਰੇ ਨਿਵਾਸੀਆਂ ਦਾ ਆਪਣੇ ਦਿਲ ਦੀਆਂ ਗਰਾਈਆਂ ਦਾ ਧੰਨਵਾਦ ਕਰਦਾ ਹੋਇਆ ਲੀਡਰਾਂ ਨੂੰ ਇਹ ਵਿਸ਼ਵਾਸ ਦਵਾਉਂਦਾ ਕਿ ਇੱਥੋਂ ਇਸ ਵਾਰਡ ਤੋਂ ਭਾਰੀ ਬਹੁਮਤ ਨਾਲ ਰਾਜੇਸ਼ ਬਾਘਾ ਜੀ ਨੂੰ ਜਿਤਾ ਕੇ ਅਸੀਂ ਭੇਜਾਂਗੇ। ਇਸ ਤੋਂ ਇਲਾਵਾ ਹਲਕਾ ਫਗਵਾੜਾ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜੇਸ਼ ਬਾਘਾ ਦੇ ਹੱਕ ਵਿੱਚ ਅਕਾਲੀ ਭਾਜਪਾ ਦੇ ਸਮੂਹ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਮਹੱਲਾ ਕੌਲਸਰ ਵਿਖੇ ਗੁਰਪ੍ਰੀਤ ਸਿੰਘ ਬਲ ਤੇ ਕੌਂਸਲਰ ਰੀਟਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਮੂਹ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਰਾਜੇਸ਼ ਬਾਘਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਧਰ ਵਾਰਡ ਵਾਸੀਆਂ ਨੇ ਵੀ ਸੀਨੀਅਰ ਨੇਤਾਵਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਰਾਜੇਸ਼ ਬਾਘਾ ਦੇ ਹੱਕ ਵਿੱਚ ਵੋਟਾਂ ਪਾ ਕੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ। ਇਹਨਾਂ ਨੇ ਸ਼ੁਰੂ ਤੋਂ ਹੀ ਐਸਸੀ ਵਰਗ ਲਈ ਕੰਮ ਕੀਤਾ, ਕਿਉਂਕਿ ਇਹ ਐਸਸੀ ਚੇਅਰਮੈਨ ਰਹੇ ਆ ਤੇ ਜਿਸ ਚੀਜ਼ ਦਾ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਵੀ ਜਿਹੜੀ ਸਕਾਲਰਸ਼ਿਪ ਮਿਲਦੀ ਆ ਆਪਣੇ ਐਸਸੀ ਵਰਗ ਨੂੰ ਮਿਲਦੀ ਆ, ਹੋਰ ਤਾਂ ਕਿਸੇ ਨੂੰ ਮਿਲਦੀ ਨਹੀਂ ਹੈਗੀ। ਕਿਸੇ ਟਾਈਮ ਇਹ ਹੁੰਦਾ ਵੀ ਜਿਹੜੇ ਆਪਣੇ ਲੋਕ ਨੇ ਬੱਚੇ ਨੇ ਕਿਸੇ ਟਾਈਮ ਪੈਸਿਆਂ ਕਰਕੇ ਪੜ੍ਹਾਈ ਦੁੱਖੋਂ ਰਹਿ ਜਾਂਦੇ ਆ, ਉਹ ਸਪੈਸ਼ਲ ਐਸੀ ਵਰਗ ਨਾਲ ਹੁੰਦਾ ਆ। ਤੇ ਮੈਂ ਇਹੀ ਕਹਿੰਦੀ ਇਹਨਾਂ ਬਾਰੇ ਆਪਣੇ ਸਮਾਜ ਲਈ ਕਹਿ ਲਓ, ਇਹ ਪਹਿਲਾਂ ਤੋਂ ਹੀ ਕੰਮ ਕਰਦੇ ਆਏ ਆ, ਹੁਣ ਤਾਂ ਚਲੋ ਵੀ MLA ਲੱਗੇ ਆ ਬਣਨ, ਮੈਂ ਤਾਂ ਇਹੀ ਕਹੂੰਗੀ ਵੀ ਬਣ ਹੀ ਗਏ ਆ। ਸ਼ੁਰੂ ਤੋਂ ਹੀ ਇਹਨਾਂ ਨੇ ਐਸੀ ਵਰਗ ਲਈ ਕੰਮ ਕੀਤਾ ਤੇ ਆਪਾਂ ਕਿਉਂ ਨਾ ਇਹਨਾਂ ਦੇ ਨਾਲ ਖੜੀਏ, ਜਿਹੜਾ ਕਿ ਆਪਣਾ ਸਮਾਜ ਹੋਰ ਵੀ ਅੱਗੇ ਆਵੇ। ਜਿਹੜਾ ਆਪਣਾ ਜਿਹੜਾ ਵਰਗ ਆ ਇੰਨੀ ਦੇਰ ਦਾ ਕਹਿ ਲਓ ਪਹਿਲਾਂ ਪਿਛੜਿਆ ਸੀ, ਹੁਣ ਤਾਂ ਬਹੁਤ ਡਿਵੈਲਪਮੈਂਟ ਹੋ ਗਿਆ ਆ, ਜਾਂ ਕੁਛ ਵੀ ਕਹਿ ਲਓ,
ਸਾਰਾ ਕੁਛ ਹੋ ਗਿਆ। ਮੈਂ ਤਾਂ ਇਹੀ ਕਹੂੰਗੀ ਕਿ ਆਪਾਂ ਬਾਗਾ ਭਾਜੀ ਨੂੰ ਵੋਟਾਂ ਪਾ ਕੇ ਤੇ ਅੱਗੇ ਲੈ ਕੇ ਆਈਏ ਜਿਹੜਾ ਕਿ ਆਪਣਾ ਸਮਾਜ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।